ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦੁਨੀਆ ਦੀ ਭੂਗੋਲਿਕ ਸਥਿਤੀ ਦਾ ਬਿਲਕੁਲ ਵੀ ਅੰਦਾਜ਼ਾ ਨਹੀਂ। ਇੱਕ ਵਾਰ ਉਹਨਾਂ ਭਰੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਇਹ ਤੱਕ ਬੋਲ ਦਿੱਤਾ ਕਿ ਭਾਰਤ ਦੀ ਸਰਹੱਦ ਚੀਨ ਨਾਲ ਨਹੀਂ ਲੱਗਦੀ। ਇਸ ਤੋਂ ਬਾਅਦ ਮੋਦੀ ਨੇ ਉਹ ਬੈਠਕ ਵਿਚਾਲ ਹੀ ਛੱਡ ਦਿੱਤੀ ਸੀ। ਇਹ ਦਾਅਵਾ ਅਮਰੀਕੀ ਅਖ਼ਬਾਰ ਦਾ ਵਾਸ਼ਿੰਗਟਨ ਪੋਸਟ ਦੇ ਦੋ ਪੱਤਰਕਾਰਾਂ ਨੇ ਕੀਤਾ। ਫਿਲਿਪ ਰਾਕਰ ਅਤੇ ਕੈਰਲ ਲਿਓਨਿੰਗ ਨੇ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਆਪਣੀ ਪੁਸਤਕ ਏ ਵੈਰੀ ਸਟੇਪ ਜੀਨੀਅਸ ਵਿੱਚ ਇਸ ਦਾ ਜ਼ਿਕਰ ਕੀਤਾ। ਇਹਨਾਂ ਦੋਨਾਂ ਪੱਤਰਕਾਰਾਂ ਨੂੰ ਦੋ ਵਾਰ ਪ੍ਰੀਟੀਜ਼ਰ ਅਵਾਰਡ ਵੀ ਮਿਲ ਚੁੱਕਾ ਹੈ। ਇਹ ਦਾਅਵਾ ਟਰੰਪ ਦੇ ਨਜ਼ਦੀਕੀ ਸੂਤਰਾਂ ਦੇ ਆਧਾਰ 'ਤੇ ਕੀਤਾ ਗਿਆ, ਜੋ ਭਾਰਤ ਅਤੇ ਚੀਨ ਬਾਰੇ ਅਮਰੀਕੀ ਰਾਸ਼ਟਰਪਤੀ ਦੁਆਰਾ ਕੀਤੀ ਗਈ ਟਿੱਪਣੀ ਨਾਲ ਸੰਬੰਧਿਤ ਹੈ। 417 ਸਫ਼ਿਆਂ ਦੀ ਕਿਤਾਬ 'ਚ ਕਿਹਾ ਗਿਆ ਹੈ ਕਿ ਇਸ ਘਟਨਾ ਤੋਂ ਬਾਅਦ ਭਾਰਤ ਨੇ ਇੱਕ ਕਦਮ ਪਿੱਛੇ ਅਮਰੀਕਾ ਨਾਲ ਡਿਪਲੋਮੈਟਿਕ ਸੰਬੰਧ ਬਣਾ ਲਏ ਸਨ। ਕਿਤਾਬ 'ਚ ਦੋਵਾਂ ਨੇਤਾਵਾਂ ਵਿਚਾਲੇ ਮੁਲਾਕਾਤ ਦਾ ਜ਼ਿਕਰ ਨਹੀਂ ਕੀਤਾ ਗਿਆ, ਪਰ ਇਹ ਮੰਨਿਆ ਜਾਂਦਾ ਹੈ ਕਿ ਟਰੰਪ ਦੀ ਮੋਦੀ ਨਾਲ ਪਹਿਲੀ ਮੁਲਾਕਾਤ ਹੋ ਸਕਦੀ ਹੈ। ਅਮਰੀਕੀ ਸਰਕਾਰ ਦੇ ਸਾਬਕਾ ਸਲਾਹਕਾਰਾਂ ਨੇ ਟਰੰਪ ਨੂੰ ਕਈ ਵਾਰ ਖਤਰਨਾਕ ਤੌਰ 'ਤੇ ਬੇਖਬਰ ਕਿਹਾ ਹੈ। ਟਰੰਪ ਤਾਂ ਇਹ ਵੀ ਸੋਚਦਾ ਸੀ ਕਿ ਨੇਪਾਲ ਭੂਟਾਨ ਭਾਰਤ ਵਿੱਚ ਨੇ। ਪਿਛਲੇ ਸਾਲ ਟਰੰਪ ਨੇ ਕਿਹਾ ਸੀ ਕਿ ਮੋਦੀ ਨੇ ਜਾਪਾਨ ਦੇ ਓਸਾਕਾ ਵਿੱਚ G20 ਸੰਮੇਲਨ ਵਿੱਚ ਇਸ ਮੀਟਿੰਗ ਦੇ ਦੌਰਾਨ ਕਸ਼ਮੀਰ ਮਸਲੇ 'ਤੇ ਹੱਲ ਲਈ ਵਿਚੋਲਗੀ ਦੀ ਮੰਗ ਕੀਤੀ ਸੀ। ਟਰੰਪ ਦੇ ਇਸ ਬਿਆਨ ਨੂੰ ਭਾਰਤੀ ਵਿਦੇਸ਼ ਵਿਭਾਗ ਨੇ ਝੂਠਾ ਕਰਾਰ ਦਿੱਤਾ ਹੈ। ਵਿਦੇਸ਼ ਵਿਭਾਗ ਨੇ ਵੀ ਅਮਰੀਕੀ ਪੱਤਰਕਾਰਾਂ ਦੇ ਇਸ ਦਾਅਵੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਟਰੰਪ ਦੇ ਬਿਆਨ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀਆਂ ਨੇ ਗੂਗਲ ਨੂੰ ਭਾਰਤ ਚੀਨ ਸਰਹੱਦ ਬਾਰੇ ਸਭ ਤੋਂ ਵੱਧ ਸਰਚ ਕੀਤਾ। ਲੋਕਾਂ ਨੇ ਦੋਵਾਂ ਦੇਸ਼ਾਂ ਦੇ ਸਰਹੱਦ ਦੇ ਨਾਮ, ਲੰਬਾਈ ਅਤੇ ਜਗ੍ਹਾ ਦੀ ਭਾਲ ਕੀਤੀ ਜਿੱਥੇ ਇਹ ਭਾਰਤ ਨੂੰ ਮਿਲਦਾ। ਅਸਲ ਕੰਟਰੋਲ ਰੇਖਾ 3488 ਕਿਲੋਮੀਟਰ ਲੰਬੀ ਲਾਈਨ 'ਤੇ ਭਾਰਤ ਅਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਹੱਲ ਨਹੀਂ ਹੋਇਆ। ਬਿਊਰੋ ਰਿਪੋਰਟ, ਆਵਾਜ਼ੇ ਕਮ ਟੀਵੀ।